ਕੀ ਲੋਗਨ ਪੰਜਾਬ 'ਚ ਹੋ ਸਕਦਾ? ਲੋਗਨ ਕੀ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸਿਮਰਨ ਸਿੰਘ ਧਨੋਆ ਨੈਚੁਰਲ ਫਾਰਮ ਤੋਂ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਲੋਗਨ ਫਰੂਟ ਬਾਰੇ। ਲੋਗਨ ਕੀ ਆ ਅਤੇ ਇਹਦਾ ਟੈਕਸਚਰ ਕੀ ਆ, ਇਹ ਕਿੱਦਾਂ ਦਾ ਹੁੰਦਾ? ਬਾਈ ਜੀ, ਲੋਗਨ ਹੈ ਜੀ ਜਿਹੜਾ, ਇਹ ਇੱਕ ਫਰੂਟ ਆ, ਲੀਚੀ ਵਰਗਾ ਫਰੂਟ ਆ, ਬਿਲਕੁਲ ਲੀਚੀ ਦੀ ਤਰ੍ਹਾਂ ਇਹਦਾ ਫਰੂਟ ਹੁੰਦਾ ਅਤੇ ਉੱਦਾਂ ਹੀ ਇਹਦੇ 'ਚ ਇੱਕ ਸੀਡ ਹੁੰਦਾ, ਉੱਦਾਂ ਹੀ ਇਹਦੀ ਪਲਪ ਹੁੰਦੀ ਆ, ਵਾਈਟ ਕਲਰ ਦੀ ਇਹ ਪਲਪ ਹੁੰਦੀ ਆ ਜਿਵੇਂ ਲੀਚੀ ਦੀ ਹੁੰਦੀ ਆ। ਲੀਚੀ ਨਾਲੋਂ ਤਕਰੀਬਨ ਮਾਰਕੀਟ ਦੇ ਵਿੱਚ 2-2.5 ਮਹੀਨਿਆਂ ਬਾਅਦ ਆ ਸਕਦਾ। ਅਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਪੰਜਾਬ 'ਚ, ਪੰਜਾਬ 'ਚ ਬਾਈ ਜੀ ਇਹਦਾ ਕੋਈ ਖਾਸ ਬੂਟੇ ਲੱਗੇ ਨਹੀਂ ਹੋਏ, ਕਿਤੇ 5-7-10 ਬੂਟੇ ਹੈਗੇ ਆ ਅਤੇ ਉਹ ਸਕਸੈਸਫੁਲੀ ਹੋ ਰਹੇ ਨੇ। ਮੇਰੇ ਕੋਲ 2 ਸਾਲ ਦਾ ਬੂਟਾ ਜੀ, ਜਿਹੜੇ ਦੇ ਨਾਲ ਮੈਂ ਆਪਾਂ ਬੂਟੇ ਦੇ ਨਾਲ ਖੜ੍ਹੇ ਹਾਂ, ਆਹ ਦੇਖੋ ਜੀ, ਇਹ 2 ਸਾਲ ਦੇ ਬੂਟੇ ਨੂੰ ਇਹ ਤਕਰੀਬਨ ਫਲ ਆ ਚੁੱਕੇ ਆ ਜੀ। ਫਲ ਦਾ ਤੁਸੀਂ ਦੇਖ ਸਕਦੇ ਹੋ, ਟੈਕਸਚਰ ਬਿਲਕੁਲ ਲੀਚੀ ਵਰਗਾ। ਅਤੇ ਇਹਦੇ 'ਚ ਫਰਕ ਕੀ ਆ ਜੀ ਲੀਚੀ ਨਾਲੋਂ? ਲੀਚੀ ਨਾਲੋਂ ਇੰਨਾ ਕੁ ਫਰਕ ਆ ਜੀ, ਇਹ ਇੱਕ ਤਾਂ 2 ਮਹੀਨੇ ਬਾਅਦ ਪੱਕਦਾ, ਇੱਕ ਇਹਦੇ 'ਚ ਜਿਹੜਾ ਸੀਡ ਆ ਉਹ ਲੀਚੀ ਨਾਲ ਦੇ ਸੀਡ ਨਾਲੋਂ ਬਹੁਤ ਛੋਟਾ ਹੁੰਦਾ, ਪਲਪ ਦੀ ਮਾਤਰਾ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ। ਬਾਕੀ ਇਹਦੇ ਗੁਣਾਂ ਦੀ ਗੱਲ ਕਰੀਏ, ਗੁਣਾਂ ਦੀ, ਇੱਕ ਤਾਂ ਵਧੀਆ ਮਿੱਠਾ, ਅਤੇ ਦੂਸਰਾ ਇਹਦਾ ਗੁਣ ਹੈਗਾ ਜੀ ਇਹ BP ਨੂੰ ਨੋਰਮਲਾਈਜ਼ ਕਰਦਾ। ਦੂਜੀ ਗੱਲ ਇਹ ਆ ਜੀ ਵੀ ਜੇ ਇਹਨੂੰ ਗੱਲ ਕਰੀਏ ਵੀ ਇਹਦਾ ਰੀਜ਼ਨ ਕੀ ਆ, ਇਹਦਾ ਰੀਜ਼ਨ ਚਾਈਨਾ ਅਤੇ ਏਸ਼ੀਆ, ਟ੍ਰੋਪੀਕਲ ਏਸ਼ੀਆ। ਪੰਜਾਬ ਦੇ ਵਿੱਚ ਜਿਹੜੀ ਵੈਦਰ ਦੇ ਵਿੱਚ ਜਿਵੇਂ ਜ਼ਿਆਦਾ ਗਰਮੀ ਹੁੰਦੀ ਆ, ਜਿੱਥੇ ਡਰਾਈ ਜ਼ਿਆਦਾ ਹਵਾ ਚੱਲਦੀ ਆ ਡਰਾਈ, ਉੱਥੇ ਵੀ ਇਹ ਸਕਸੈਸਫੁੱਲ ਆ। ਉੱਥੇ ਜਿਵੇਂ ਕਈ ਥਾਵਾਂ 'ਤੇ ਲੀਚੀ ਆਪਾਂ ਕੋਸ਼ਿਸ਼ ਕਰਦੇ ਹਾਂ ਮਾਲਵੇ ਦੇ ਕਈ ਖੇਤਰਾਂ ਦੇ ਵਿੱਚ ਵੀ ਲੀਚੀ ਹੋ ਜਾਵੇ ਯਾਰ, ਉਹਨੂੰ ਆਪਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉੱਥੇ ਉਹ ਹੁੰਦੀ ਨਹੀਂ। ਉੱਥੇ ਇਹ ਬੂਟਾ ਬੜੀ ਆਸਾਨੀ ਨਾਲ ਹੋਊਗਾ ਅਤੇ ਬੜਾ ਵਧੀਆ ਟੇਸਟੀ ਫਲ ਦਊਗਾ ਆਪਾਂ ਨੂੰ ਖਾਣ ਨੂੰ। ਅਤੇ ਦੂਸਰਾ ਇਹਦੇ ਰੇਟ ਬਾਰੇ ਗੱਲ ਕਰੀਏ ਤਾਂ ਰੇਟ ਆਪਾਂ ਲੀਚੀ ਦਾ ਰੇਟ ਜਦੋਂ ਦੇਖਦੇ ਹਾਂ 150-200 ਦੇ ਵਿੱਚ ਚੱਲਦਾ, 100 ਤੋਂ ਵੀ ਕਈ ਵਾਰ ਜਦੋਂ ਜ਼ਿਆਦਾ ਜਾਣੀ ਸੀਜ਼ਨ ਆ ਜਾਂਦਾ, ਪੀਕ 'ਤੇ ਆ ਜਾਂਦਾ, ਤਾਂ 100 ਰੁਪਏ ਤੋਂ ਘੱਟ ਆਪਾਂ ਨੂੰ ਲੀਚੀ ਨਹੀਂ ਮਿਲਦੀ। ਇਹਨੇ ਲੀਚੀ ਨਾਲੋਂ 2 ਮਹੀਨੇ ਬਾਅਦ ਪੱਕਣਾ, ਤਾਂ ਇਹਦਾ ਐਕਸਪੈਕਟ ਕਰਦੇ ਹਾਂ ਵੀ 250-300 ਜਾਂ 200 ਤੱਕ ਤਾਂ ਰੇਟ ਕਮ ਸੇ ਕਮ ਇਹਦਾ ਰੱਖ ਕੇ ਆਪਾਂ ਇਹਨੂੰ ਸੇਲ ਕਰੀਏ। ਮੈਂ ਇਹਨੂੰ ਕਮਰਸ਼ੀਅਲ ਲੈਵਲ 'ਤੇ ਲਿਜਾਣਾ ਚਾਹੁੰਦਾ ਪੰਜਾਬ ਦੇ ਵਿੱਚ, ਵੀ ਆਪਾਂ ਜਿਹੜੀ ਕਣਕ ਝੋਨੇ ਦੇ ਫਸਲੀ ਚੱਕਰ ਨਾਲੋਂ ਕੋਈ ਹੋਰ ਰਵਾਇਤੀ ਬਾਗ ਲਾਉਣ ਨਾਲੋਂ ਥੋੜ੍ਹਾ ਜਿਹਾ ਇਹਦਾ ਲਾਈਏ। ਅਤੇ ਲੋਗਨ ਦੇ ਬਾਰੇ ਗੱਲ ਕਰਦੇ ਕਰਦੇ ਆਪਾਂ ਇੱਕ ਇਹਦੀ ਗੱਲ ਟਰੇ ਦੀ ਵੀ ਕਰੀਏ ਜੀ, ਜਿਹੜੀ ਮਲਚਿੰਗ ਟਰੇ ਆ ਇਹ ਵੀ ਇਹਦੇ 'ਤੇ ਲਾਈ ਹੋਈ ਆ। ਇਹ ਥੋੜ੍ਹਾ ਜਿਹਾ ਇਹਦਾ ਜਿਹੜਾ ਟੈਂਪਰੇਚਰ ਆ ਉਹਨੂੰ ਕੰਟਰੋਲ ਕਰਨ ਵਾਲੇ ਵਾਸਤੇ, ਆਪਾਂ ਜਦੋਂ ਗਰਮੀ ਦੇ ਵਿੱਚ ਮਈ ਜੂਨ 'ਚ ਜ਼ਿਆਦਾ ਧੁੱਪ ਪੈਂਦੀ ਆ, ਉਸ ਨੂੰ ਕੰਟਰੋਲ ਕਰਨ ਲਈ ਇਹ ਲਾਉਂਦੇ ਹਾਂ। ਅਤੇ ਨਾਲ ਦੀ ਨਾਲ ਜਿਵੇਂ ਹੁਣ ਤੁਸੀਂ ਦੇਖਦੇ ਹੋ ਆਲੇ ਦੁਆਲੇ ਕਿੰਨੇ ਕੱਖ ਨੇ ਅਤੇ ਉਹ ਹੋਏ ਹੋਏ ਨੇ, ਪਰ ਜੋ ਇਹਦੀ ਟਰੇ ਆ ਨਾ ਇਹਦੇ ਵਿੱਚ ਕੋਈ ਕੱਖ ਹੋਵੇ, ਅਤੇ ਮਾਈਕਰੋ ਐਕਟੀਵਿਟੀ ਬਹੁਤ ਜ਼ਬਰਦਸਤ ਤਰੀਕੇ ਨਾਲ ਚੱਲਦੀ ਹੈ ਇਹਦੇ ਅੰਦਰ। ਗੰਡੋਆ ਪੂਰਾ ਕੰਮ ਕਰਦਾ, ਮਾਈਕਰੋ ਐਕਟੀਵਿਟੀ ਹੁੰਦੀ ਆ ਅਤੇ ਕੱਖ ਨਹੀਂ ਹੁੰਦੇ, ਕੋਈ ਮੱਛਰ ਮੱਖੀ ਨਹੀਂ ਇਹਦੇ ਅੰਦਰ ਸਰਵਾਈਵ ਕਰਦਾ। ਇਸ ਲਈ ਇਹ ਵੀ ਆਪਾਂ ਇਸ ਬੂਟੇ ਦੇ ਜਦੋਂ ਕੋਈ ਮੈਂ ਨਵਾਂ ਬੂਟਾ ਲੈ ਕੇ ਆਉਣਾ ਜਿਹੜਾ ਥੋੜ੍ਹਾ ਜਿਹਾ ਜ਼ਿਆਦਾ ਮਹਿੰਗਾ ਹੁੰਦਾ, ਕੋਸਟਲੀ ਹੁੰਦਾ, ਉਹਦੇ ਲਈ ਇਹ ਟ੍ਰਾਇਲ ਦੇ ਤੌਰ 'ਤੇ ਲਾਉਣਾ ਵੀ ਉਹ ਥੋੜ੍ਹਾ ਜਿਹਾ ਸਰਵਾਈਵ ਵਧੀਆ ਤਰੀਕੇ ਨਾਲ ਕਰ ਜੇ। ਵੈਸੇ ਇਹ ਕਾਮਨਲੀ ਵੀ ਬੂਟਾ ਬੜੇ ਵਧੀਆ ਤਰੀਕੇ ਨਾਲ ਚੱਲ ਸਕਦਾ ਜੀ। ਲੋਗਨ ਦੇ ਫਲ ਦੇ ਆਪਾਂ ਦੇਖ ਹੀ ਚੁੱਕੇ ਹਾਂ ਜੀ, ਵੀ ਹੁਣ ਇਹ ਪੂਰਾ ਸਾਈਜ਼ ਲੈਣ ਲੱਗਿਆ ਅਤੇ ਇਦੋਂ ਬਾਅਦ 2 ਮਹੀਨਿਆਂ ਦੇ ਵਿੱਚ ਇਹਨੇ ਪੱਕ ਕੇ ਤਿਆਰ ਹੋਣਾ ਜੀ। ਠੀਕ ਹੈ, ਹੁਣ ਜੇ ਗੱਲ ਕਰੀਏ ਵੀ ਇਹਦਾ ਹੀ ਕਿਉਂ, ਕਿਉਂਕਿ ਇਹਦਾ ਟੇਸਟ ਬੜਾ ਡਿਫਰੈਂਟ ਆ ਜੀ, ਜਿਹੜਾ ਆਪਾਂ ਦੂਜੀਆਂ ਚੀਜ਼ਾਂ ਨਾਲੋਂ ਦੇਖਦੇ ਹਾਂ ਉਹਦੇ ਨਾਲੋਂ ਟੇਸਟ ਡਿਫਰੈਂਟ ਆ। ਇਹਦੇ ਪਲਪ ਨੂੰ ਆਪਾਂ ਸੁਕਾ ਕੇ ਇਹਨੂੰ ਰੱਖ ਸਕਦੇ ਹਾਂ, ਉਹ ਵੀ ਬੜਾ ਵਧੀਆ ਮਾਰਕੀਟ ਦੇ ਵਿੱਚ ਵਿਕਦਾ। ਅਤੇ ਇਹ ਹਜੇ ਤਾਂ ਇਹਦੀ ਫਰੂਟ ਦੀ ਇੰਨੀ ਕੁ ਪ੍ਰੋਡਕਸ਼ਨ ਆਪਾਂ ਕਰ ਨਹੀਂ ਸਕਦੇ ਵੀ ਆਪਾਂ ਲੁਧਿਆਣੇ ਜਾਂ ਚੰਡੀਗੜ੍ਹ ਨੂੰ ਆਪਾਂ ਪੂਰਤੀ ਇਹਦੀ ਦੇ ਸਕੀਏ। ਅਤੇ ਹੁਣ ਕੋਸ਼ਿਸ਼ ਆ, ਇਹਦੇ ਬੂਟੇ ਹੋਰ ਵੀ ਮੈਂ 25-30 ਲਾਏ ਨੇ ਅਤੇ ਅੱਡ ਅੱਡ ਇਹਦੀਆਂ ਵਰਾਇਟੀਆਂ 'ਤੇ ਵੀ ਟ੍ਰਾਇਲ ਚੱਲ ਰਿਹਾ ਵੀ ਆਪਣੇ ਕਿਹੜਾ ਜ਼ਿਆਦਾ ਸਕਸੈਸਫੁੱਲ ਹੋਊਗਾ ਅਤੇ ਕਿਹਨੂੰ ਆਪਾਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਬਾਗਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪੈਦਾ ਕਰੀਏ। ਧੰਨਵਾਦ ਜੀ।